ਕਮਾ ਲੈ ਕੇ ਸੰਤਾਂ ਕੋਲੇ ਆਉਣ ਲੱਗ ਪਏ ਸੀ। ਸੰਤ ਜੀ, ਪੁਰਾਤਨ ਸਮਿਆਂ ਦੇ ਵਿੱਚ ਸਿੱਖ ਧੀਆਂ ਭੈਣਾਂ ਦੀ ਇੱਜ਼ਤ ਮੁਗਲਾਂ ਦੇ ਪੰਜਿਆਂ ਚੋਂ ਛੁਡਾਉਂਦੇ ਰਹੇ ਨੇ, ਪਰ ਅੱਜ ਕੁਝ ਗੁੰਡੇ ਮੇਰੀ ਧੀ ਨੂੰ ਚੁੱਕ ਕੇ ਲੈ ਗਏ। ਪ੍ਰੇਮੀਆਂ, ਜੇ ਤੇਰੀ ਗੱਲ ਹੋਈ ਸੱਚੀ ਤੇ ਵਿੱਚੋਂ ਗੱਲ ਕੋਈ ਹੋਰ ਨਾ ਨਿਕਲੀ ਤੇ ਗੁਰੂ ਕਲਗੀਧਰ ਮਹਾਰਾਜ ਕਿਰਪਾ ਕਰਨਗੇ, ਤੇਰੀ ਧੀ ਸ਼ਾਮ 5 ਵਜੇ ਤੋਂ ਪਹਿਲਾਂ ਤੇਰੇ ਘਰੇ ਹੋਊਗੀ। ਧੰਨਵਾਦ ਤੁਹਾਡਾ, ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਮਹਿੰਦਰ ਸਿੰਘ ਸਾਈਆਂ, ਇਹ ਡਿਊਟੀ ਤੇਰੇ ਜੁੰਮੇ ਹੈ ਭਾਈ। ਸਤ ਵਚਨ ਬਾਬਾ ਜੀ। ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ। ਹੁਕਮ ਚੰਦ ਜੀ, ਧੰਨਵਾਦ ਦੀ ਕੋਈ ਗੱਲ ਨਹੀਂ, ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਚੰਗਾ ਭੈਣੇ,
ਕੋਈ ਗੱਲ ਨਹੀਂ ਜੀ, ਕਰ ਦਿਆਂਗੇ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਕੀਲ ਸਾਹਿਬ, ਜਿਹੜੀ ਕਪੂਰਥਲੇ ਰਮਾਇਣ ਨੂੰ ਅੱਗ ਲੱਗੀ ਸੀ ਉਹਦੀ ਪੈਰਵਾਈ ਤੁਸੀਂ ਕਰ ਰਹੇ ਹੋ? ਹਾਂਜੀ। ਆ ਸੰਤਾਂ ਨੇ ਜੱਥੇ ਵੱਲੋਂ ਤੁਹਾਡੀ ਫੀਸ ਭੇਜੀ ਹੈ। ਅੱਛਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਸੁਬਰਾਮਣੀਅਮ ਸਵਾਮੀ ਇੱਕ ਹਫ਼ਤੇ ਦੇ ਦੌਰੇ ਲਈ ਸੰਤਾਂ ਕੋਲ ਦਰਬਾਰ ਸਾਹਿਬ ਆਇਆ ਹੋਇਆ ਸੀ। ਆ ਕੁੜੀ ਦਾ ਸਾਰਾ ਪਰਿਵਾਰ ਆ ਗਿਆ ਸੰਤ ਜੀ। ਆ ਜਾਓ ਭਾਈ, ਇੱਥੇ ਬਹਿ ਜਾਓ, ਬਹਿ ਜਾਓ ਭਾਈ, ਬੀਬੀ ਤੁਸੀਂ ਵੀ ਬਹਿ ਜਾਓ। ਹਾਂ ਭਾਈ, ਹੁਣ ਤੁਹਾਨੂੰ ਦਾਜ ਦੀ ਲੋੜ ਆ? ਆ ਲਓ, ਇਹਦੇ ਚੋਂ ਰੱਖ ਲਓ ਜਿੰਨੇ ਰੱਖਣੇ ਆ। ਨਹੀਂ ਚਾਹੀਦਾ ਜੀ ਸਾਨੂੰ ਕੁਛ, ਸਾਨੂੰ ਨਹੀਂ ਦਹੇਜ ਦੀ ਲੋੜ ਨਹੀਂ ਜੀ। ਸੰਤ ਜੀ ਸਾਨੂੰ ਨਹੀਂ ਚਾਹੀਦਾ ਜੀ ਦਾਜ। ਜੇ ਦਾਜ ਨਹੀਂ ਚਾਹੀਦਾ ਤੇ ਕੁੜੀ ਨੂੰ ਕਿਉਂ ਤੰਗ ਕਰਦੇ ਹੋ? ਤੁਸੀਂ ਵੀ ਧੀਆਂ ਭੈਣਾਂ ਵਾਲੇ ਹੋ, ਅਕਲ ਨੂੰ ਹੱਥ ਮਾਰੋ ਕੋਈ। ਠੀਕ ਹੈ ਜੀ। ਤੇ ਜੇ ਕੁਝ ਚਾਹੀਦਾ ਤੇ ਤਾਂ ਵੀ ਦੱਸੋ। ਨਹੀਂ ਬਾਬਾ ਜੀ, ਸਾਨੂੰ ਕੁਝ ਨਹੀਂ ਚਾਹੀਦਾ ਜੀ। ਦੇਖ ਲਓ, ਵਿਚਾਰ ਕਰ ਲਓ, ਇਹ ਮੇਰੀ ਧੀ ਹੈ, ਜੇ ਕਿਸੇ ਚੀਜ਼ ਦੀ ਲੋੜ ਹੈ ਤਾਂ ਮੈਥੋਂ ਮੰਗ ਲਿਓ, ਇਹਨੂੰ ਵਿਚਾਰੀ ਨੂੰ ਕੁਝ ਨਹੀਂ ਕਹਿਣਾ। ਠੀਕ ਹੈ ਜੀ, ਨਹੀਂ ਕਰਦੇ ਜੀ। ਨਹੀਂ ਤੇ ਨਵੇੜਾ ਸਖਤੀ ਨਾਲ ਹੋਊਗਾ ਭਾਈ, ਫੇਰ ਨਾ ਕਿਉਂ ਦੱਸਿਆ ਨਹੀਂ।